ਤੋਂ ਬਿਲੋਂਗ ਕਰਦਾ ਹਾਂ ਅਤੇ ਮੇਰੇ ਮੈਂ 2017 ਦੇ ਵਿੱਚ ਬੀ ਕੌਮ ਪਾਸ ਆਊਟ ਹਾਂ ਅਤੇ ਓਵਰਆਲ 6 ਬੈਂਡ ਨੇ ਮੇਰੇ। ਉਸ ਤੋਂ ਬਾਅਦ ਮੈਂ ਬਹੁਤ ਸਾਰੇ ਕੰਸਲਟੈਂਟ ਦੇ ਕੋਲ ਆਪਣੀ ਫਾਈਲ ਰਿਵਿਊ ਦੇ ਲਈ ਕੰਸਲਟ ਕੀਤਾ ਅਤੇ ਮੈਂ ਇੱਕ ਕੈਨੇਡਾ ਤੋਂ ਰਿਫਿਊਜ਼ਲ ਵੀ ਆ ਗਈ ਹੈ। ਪਰ ਉਸ ਤੋਂ ਬਾਅਦ ਮੈਨੂੰ ਮੇਰੇ ਰਿਲੇਟਿਵ ਨੇ ਮੈਨੂੰ ਸੁਜੈਸਟ ਕੀਤਾ ਕਿ ਤੁਸੀਂ ਉਹ ਗਲੋਬਲ ਦੇ ਕੋਲ ਵਿਜ਼ਿਟ ਕਰੋ ਅਤੇ ਉਹ ਬਹੁਤ ਅੱਛਾ ਕੰਮ ਕਰਦੇ ਨੇ, ਕੋਆਪਰੇਟਿਵ ਨੇ। ਅਤੇ ਮੈਂ ਵਿਜ਼ਿਟ ਕਰਕੇ ਉਹਨਾਂ ਨੇ ਵਿਦਇਨ 1 ਮੰਥ ਦੇ ਵਿੱਚ ਮੇਰਾ ਵੀਜ਼ਾ ਅਪਰੂਵ ਕਰਕੇ ਦਿੱਤਾ ਅਤੇ ਮੈਂ ਕੈਨੇਡਾ ਜਾ ਰਿਹਾ ਹਾਂ। ਅਤੇ ਮੈਂ ਆਪਣੇ ਸਾਰੇ ਫਰੈਂਡਸ ਅਤੇ ਰੈਲੇਟਿਵਸ ਨੂੰ ਇਹੀ ਸਲਾਹ ਦਊਂਗਾ ਕਿ ਉਹ ਇੱਕ ਵਾਰੀ ਹੋਮ ਗਲੋਬਲ ਦੇ ਜ਼ਰੂਰ ਵਿਜ਼ਿਟ ਕਰਨ ਜੇ ਉਹ ਕੈਨੇਡਾ ਜਾਣਾ ਚਾਹੁੰਦੇ ਨੇ। ਅਤੇ ਸਪੈਸ਼ਲ ਥੈਂਕਸ ਟੂ ਅਰਸਰ ਅਤੇ ਸੁਮਨ ਮੈਮ ਜਿਨ੍ਹਾਂ ਨੇ ਬਹੁਤ ਹੀ ਵਧੀਆ ਮੇਰਾ ਕੰਸਲਟ ਕੀਤਾ ਮੈਨੂੰ।